ਜਿਹੜਾ ਪੰਜਾਬ ਸਰਕਾਰ ਵੱਲੋਂ ਕਰਫਿਊ ਇੱਥੇ ਇੰਪਲੀਮੈਂਟ ਕੀਤਾ ਗਿਆ ਪੰਜਾਬ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ, ਇਹਦੇ ਵਾਸਤੇ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਕਿ ਆਪਣੇ ਆਪਣੇ ਘਰਾਂ ਵਿੱਚ ਰਹਿਣ, ਕਿਉਂਕਿ ਅਸੀਂ ਕਰਫਿਊ ਪੂਰੀ ਸਟ੍ਰਿਕਟਲੀ ਇੰਪਲੀਮੈਂਟ ਕਰਾਂਗੇ, ਅਤੇ ਜਿਹੜਾ ਵੀ ਬੰਦਾ ਬਾਹਰ ਨਿਕਲਦਾ ਉਹਦੇ ਖਿਲਾਫ਼ ਪਰਚੇ ਵੀ ਦਰਜ ਕੀਤੇ ਜਾਣਗੇ, ਅਤੇ ਜਿਹੜਾ ਉਹ ਵਹੀਕਲ ਕੈਰੀ ਕਰਦਾ ਹੋਊਗਾ ਉਹ ਵੀ ਇੰਪਾਊਂਡ ਹੋਊਗਾ, ਅਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਤਾਂ ਲੈਕਸਿਟੀ ਲਿਆਂਦੀ ਜਾਊਗੀ ਨਾ ਹੀ ਕੋਈ ਇਹਦੇ 'ਚ ਲਿਹਾਜ਼ ਕੀਤਾ ਜਾਊਗਾ। ਜਿਹਨੂੰ ਕੋਈ ਜ਼ਰੂਰਤ ਹੈ ਬਾਹਰ ਨਿਕਲਣ ਦੀ ਉਹ ਜਾਂ ਤਾਂ ਪਾਸ ਲਵੇ, ਅਤੇ ਜਾਂ ਫਿਰ ਡੀਸੀ ਆਫਿਸ ਅਪਲਾਈ ਕਰੇ ਜਾਂ ਈ ਪਾਸ ਲਵੇ। ਈ ਪਾਸ ਜਾਂ ਡੀਸੀ ਆਫਿਸ ਦੇ ਪਾਸ ਤੋਂ ਇਲਾਵਾ ਜੇ ਕੋਈ ਮੂਵਮੈਂਟ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ।